गुरु जी का खालसा वाहेगुरु जी फतेह। अज आपां इत्थे जुड़ बैठे हैं, अज तुहानूं बहुत ही एक महान शख्सियत दे नाल तुहानूं आपां रूबरू करावांगे जिहड़े कि मखू दे नेड़े इलाके दे विच रहिण रहे ने। ते अज आपणे दुबई दे विच उहनां ने बहुत सारियां छापां छले छड़े ने, बहुत सारियां मल्लां मारियां ने। अज तुहानूं उहनां दे रूबरू करवाउंदे ने, उहनां दीआं सारियां मन दीआं भावनावां, ਉਹ ਕਿੱਦਾਂ 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 ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ, ਕਿੱਦਾਂ ਕਿੱਦਾਂ ਉਹ ਅੱਜ ਇਸ ਸਥਾਨ 'ਤੇ ਪਹੁੰਚੇ ਨੇ, ਦੁਬਈ ਦੇ ਵਿੱਚ ਕਿੱਦਾਂ ਆਏ ਨੇ, ਕਿਸ ਹਿਸਾਬ ਨਾਲ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ, ਅੱਜ ਇਸ ਉੱਚੇ ਸਥਾਨ 'ਤੇ ਬੈਠੇ ਨੇ। ਅੱਜ ਉਹ ਤੁਹਾਨੂੰ ਆਪਣੇ ਸਾਰੇ ਆਪਣੇ ਬਾਰੇ ਸਾਰੀ ਗੱਲਬਾਤ ਕਰਨਗੇ। ਸੋ ਚੈਨਲ ਵੱਲੋਂ ਬਹੁਤ ਬਹੁਤ ਫੌਜੀ ਸਾਹਿਬ ਤੁਹਾਡਾ ਬਹੁਤ ਬਹੁਤ ਹੀ ਸਵਾਗਤ ਹੈ ਜੀ। ਅਤੇ ਤੁਸੀਂ ਆਪਣਾ ਅੱਜ ਦੱਸੋ ਕਿ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਹਾਂਜੀ, ਪਿੰਡ ਬੈਕਾਂ ਦੇ ਰਹਿਣ ਵਾਲੇ ਹਾਂ। ਅੱਛਾ, ਹਾਂ ਅਤੇ ਫੌਜ ਸਾਹਿਬ ਤੁਹਾਡਾ ਮਤਲਬ ਬੈਕਾ ਪਿੰਡ ਡਿਸਟ੍ਰਿਕਟ ਕਿਹੜੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ? ਜੀਰਾ ਸ਼ਹਿਰ ਦੇ ਕਿਤੇ। ਹਾਂ, ਇਹ ਜੀ ਜੀਰਾ ਡਿਸਟ੍ਰਿਕਟ ਮਖੂ ਜੀਰਾ, ਬਿਲਕੁਲ ਉਹ ਬਹੁਤ ਹੀ ਵਧੀਆ ਇਲਾਕਾ। ਹਾਂ, ਤਹਿਸੀਲ ਜੀਰਾ। ਸੋ ਇਹ ਉੱਥੋਂ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਸੰਘਰਸ਼ ਕੀਤੇ ਨੇ, ਬਹੁਤ ਸਾਰੀਆਂ ਮਤਲਬ ਲੜਾਈਆਂ ਲੜੀਆਂ ਨੇ। ਅਤੇ ਤੁਸੀਂ ਫੌਜ ਸਾਹਿਬ ਸਭ ਤੋਂ ਪਹਿਲੀ ਲੜਾਈ ਕਿੱਥੇ ਲੜੀ? ਕਾਰਗਿਲ ਦੀ ਲੜਾਈ ਲੜੀ ਜੀ। ਹਾਂਜੀ ਹਾਂਜੀ, ਫੌਜ ਸਾਹਿਬ ਨੇ ਸਭ ਤੋਂ ਕਾਰਗਿਲ ਦੀ ਲੜੀ ਜੀ। ਮਾਫ਼ੀ ਚਾਹੁੰਦੇ, ਥੋੜ੍ਹੀ ਜਿਹੀ ਖੰਘ ਆ ਗਈ ਸੀ ਫੌਜ ਸਾਹਿਬ ਨੂੰ। ਸੋ ਪਹਿਲੀ ਲੜਾਈ ਇਹਨਾਂ ਨੇ ਲੜੀ ਜੀ ਕਾਰਗਿਲ ਦੀ। ਉਸ ਤੋਂ ਬਾਅਦ ਫੌਜ ਸਾਹਿਬ ਅੱਗੇ ਵੱਧਦੇ ਗਏ ਵੱਧਦੇ ਗਏ, ਅੱਗੋਂ ਜਦੋਂ ਦੇਖਿਆ ਕਿ ਬਹੁਤ ਉੱਚਾ ਪਹਾੜ ਹੈ ਤਾਂ ਵਾਪਸ ਆ ਗਏ। ਉਦੋਂ ਬਾਅਦ ਫਿਰ ਟ੍ਰੇਨਿੰਗ ਲਈ ਇਹਨਾਂ ਨੇ, ਟ੍ਰੇਨਿੰਗ ਲੈਣ ਤੋਂ ਬਾਅਦ ਉਸ ਤੋਂ ਬਾਅਦ ਦੂਜੀ ਲੜਾਈ ਵੀ ਲੜੀ, ਤੀਜੀ ਲੜੀ, ਇਸ ਤਰੀਕੇ ਨਾਲ ਇਹਨਾਂ ਲੜਦੇ ਲੜਦੇ ਇਹ ਇੰਨੇ ਕੁ ਲੜਾਈ ਦੇ ਵਿੱਚ ਇਹਨਾਂ ਨੇ ਮਤਲਬ ਆਪਣਾ ਦਿਮਾਗ ਲਾ ਲਿਆ ਕਿ ਦੁਬਈ ਆ ਗਏ ਜੀ। ਉੱਥੋਂ ਇੰਡੀਆ ਦਾ ਬਾਰਡਰ ਪਾਰ ਕਰ ਲਿਆ, ਅੱਜ ਦੁਬਈ ਦੇ ਵਿੱਚ ਬੈਠੇ। ਫਸਟ ਸਾਹਿਬ, ਤੁਸੀਂ ਦੁਬਈ ਵਿੱਚ ਆਣ ਕੇ ਕਿੱਦਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ। ਅੱਛਾ ਜੀ, ਹਾਂਜੀ। ਅਤੇ ਤੁਹਾਡੀ ਮਤਲਬ ਗੱਲਬਾਤ ਹੁੰਦੀ ਰਹਿੰਦੀ ਹੈ ਆਪਣੇ ਪਰਿਵਾਰ ਨਾਲ, ਫੈਮਿਲੀ ਨਾਲ ਹੁੰਦੀ? ਹਾਂਜੀ ਹਾਂਜੀ, ਹੁੰਦੀ ਰਹਿੰਦੀ ਹੈ। ਸੋ ਤੁਸੀਂ ਮਤਲਬ ਜਦੋਂ ਗੱਲ ਕਰਦੇ ਹਾਂ, ਤੁਸੀਂ ਕਿੰਨੇ ਵਾਲਾ ਨੈੱਟ ਪਾਉਂਦੇ ਹਾਂ, ਜਾਂ ਮਤਲਬ ਤੁਸੀਂ ਜਦੋਂ ਇੱਥੇ ਆਏ ਹਾਂ ਅਤੇ ਤੁਸੀਂ ਮਤਲਬ ਸਭ ਤੋਂ ਪਹਿਲਾਂ ਕਿਹੜਾ ਫੋਨ ਮਤਲਬ ਕਿਹੜੇ ਭਰਾ ਦੇ ਫੋਨ ਤੋਂ ਕਿਸੇ ਨੇ ਤੁਹਾਡੀ ਹੈਲਪ ਕੀਤੀ ਸੀ ਫੋਨ? ਹਾਂਜੀ ਹਾਂਜੀ ਹਾਂਜੀ, ਹੈਲਪ ਬਹੁਤ ਕੀਤੀ। ਅੱਛਾ ਜੀ, ਹਾਂਜੀ, ਇੱਥੋਂ ਆਪਾਂ ਲਾਈਦਾ ਫੋਨ। ਓਕੇ ਜੀ, ਹਾਂ, ਅਤੇ ਫੋਨ ਫਿਰ ਨਵਾਂ ਲੈ ਲਿਆ। ਠੀਕ ਆ, ਹੁਣ ਤੁਸੀਂ ਬਹੁਤ ਸਾਰਾ ਮਤਲਬ ਮਿਹਨਤ ਕੀਤੀ, ਉਦੋਂ ਬਾਅਦ ਤੁਸੀਂ ਆਪਣਾ ਇੱਕ ਫੋਨ ਲੈ ਲਿਆ। ਫੌਜ ਸਾਹਿਬ ਨੇ ਬਹੁਤ ਮਿਹਨਤ ਕੀਤੀ ਜੀ, ਇਸ ਤੋਂ ਬਾਅਦ ਆਣ ਕੇ ਇਹਨਾਂ ਨੇ ਹੁਣ ਆਪਣਾ ਹੀ ਫੋਨ ਖਰੀਦ ਲਿਆ, ਹੁਣ ਉਹ ਤੋਂ ਫੋਨ ਲਾਉਂਦੇ ਨੇ। ਅਤੇ ਫੌਜ ਸਾਹਿਬ, ਤੁਸੀਂ ਕਿਹੜਾ ਮਤਲਬ ਅੱਜ ਜਿਹੜਾ ਸੈਮਸੰਗ ਦਾ ਫੋਨ ਲਿਆ ਕਿ ਆਈਫੋਨ ਲਿਆ ਜੀ? ਨਹੀਂ ਜੀ, ਸੈਮਸੰਗ ਦਾ ਜੀ। ਹਾਂ ਹਾਂ, ਅਤੇ ਸੈਮਸੰਗ ਦਾ ਫੋਨ ਲਿਆ ਫੌਜ ਸਾਹਿਬ ਤੁਸੀਂ, ਅਤੇ ਉਹ ਜਦੋਂ ਤੁਸੀਂ ਉਹ ਚਲਾਉਂਦੇ ਆ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਹਾਂਜੀ, ਬਹੁਤ ਵਧੀਆ, ਬਹੁਤ ਵਧੀਆ ਲੱਗਦਾ ਜੀ। ਹਾਂਜੀ ਹਾਂਜੀ, ਅਤੇ ਆਪਣੇ ਫੋਨ ਨਾਲ ਦੀ ਰੀਸ ਨਹੀਂ ਹੁੰਦੀ। ਹਾਂਜੀ, ਸੋ ਮੈਂ ਅਸੀਂ ਫੌਜ ਸਾਹਿਬ ਵੱਲੋਂ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹਨਾਂ ਦੀ ਹੈਲਪ ਕੀਤੀ ਜਦੋਂ ਆਏ ਸੀ ਨਵੇਂ ਨਵੇਂ। ਅਤੇ ਉਹਨਾਂ ਨੂੰ ਬਹੁਤ ਸਾਰੇ ਮਤਲਬ ਉਹਨਾਂ ਨੇ ਕਾਲਾਂ ਕਰਾਈਆਂ, ਇੰਡੀਆ ਪਰਿਵਾਰ ਦੇ ਨਾਲ ਇਹਨਾਂ ਨੇ ਗੱਲਬਾਤ ਉਹਨਾਂ ਵੀਰਾਂ ਨੇ ਕਰਵਾਈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਮੈਂ ਉਹਨਾਂ ਦਾ ਕੁਛ ਦਾ ਨਾਂ ਲੈਣਾ ਚਾਹੁੰਦਾ, ਜਿੱਦਾਂ ਬਲਵੰਤ ਸਿੰਘ ਬੁੱਲੀ ਅਤੇ ਬਲਵੀਰ ਸਿੰਘ ਗਾਡਰ, ਉਹਨਾਂ ਨੇ ਵੀ ਬਹੁਤ ਇਹਨਾਂ ਨੇ ਮਦਦ ਕੀਤੀ, ਹੈਲਪ ਕੀਤੀ ਫੌਜ ਸਾਹਿਬ ਦੀ। ਅਤੇ ਉੱਧਰੋਂ ਲਾਲਾ 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 ਸੁਲਤਾਨਪੁਰ ਲੋਧੀ ਦੇ ਨਾਲ ਦਾ ਹੀ ਪਿੰਡ ਹੈਗਾ ਉਹਨਾਂ ਦਾ ਲਾਲਾ, ਉਹਨਾਂ ਨੇ ਵੀ ਬਹੁਤ ਸਾਰੀ ਇਹਨਾਂ ਦੇ ਮਤਲਬ ਬਹੁਤ ਸਾਰੀਆਂ ਕਾਲਾਂ ਕਰਵਾਈਆਂ। ਅਤੇ ਫੌਜ ਸਾਹਿਬ, ਤੁਸੀਂ ਮਤਲਬ ਬੜੇ ਖੁਸ਼ ਹੋ ਇੱਥੇ? ਹਾਂਜੀ ਹਾਂਜੀ, ਬਹੁਤ ਖੁਸ਼ ਹਾਂ। ਚਲੋ ਵਧੀਆ, ਅਤੇ ਅਸੀਂ ਅੱਜ ਇੰਨੀ ਹੀ ਮੁਲਾਕਾਤ ਕਰਦੇ ਹਾਂ ਫੌਜ ਸਾਹਿਬ ਨਾਲ, ਬੜਾ ਧੰਨਵਾਦ ਕਰਦੇ ਹਾਂ ਚੈਨਲ ਵੱਲੋਂ ਵੀ ਅਤੇ ਮਤਲਬ ਐਡੀਟਰ ਵੱਲੋਂ ਤੁਹਾਨੂੰ। ਮੈਂ ਇਹ ਇਹਨਾਂ ਦੀ ਮਤਲਬ ਬੜੀ ਸ਼ਖਸੀਅਤ ਹੈਗੀ ਆ, ਇਹਨਾਂ ਦੇ ਉਹਨਾਂ ਨੂੰ ਮਤਲਬ ਪਿਸ਼ਾਬ ਕਰਨਾ ਬਾਅਦ 'ਚ ਅਸੀਂ ਫਿਰ ਗੱਲ ਕਰਾਂਗੇ।